ਜੋ ਚੁੱਕੀ ਹੈਗੀ ਤੇ ਹੁਣ ਤੁਸੀਂ ਜੋ ਦੁੱਧ ਵਾਲੀ ਬੋਤਲ ਹੁੰਦੀ ਹੈਗੀ ਤੇ ਉਹਦੇ ਵਿੱਚ ਤੁਸੀਂ ਦੁੱਧ ਪਾਵੋ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾਗਾ ਇਹ ਮਤਲਬ ਜੋ ਆਪਣੀ ਮੈਸ਼ ਕੀਤੀ ਹੋਈ ਹੈਗੀ ਨਾ ਇਹਨੂੰ ਵਿੱਚ ਪਾ ਦੇਣਾਗਾ ਇਹਦਾ ਮੈਂ ਤੁਹਾਨੂੰ ਹੁਣ ਕਾਰਨ ਦੱਸ ਦਾਂਗਾ ਜਿਵੇਂ ਹੁਣ ਇਹ ਪਲਿਆ ਰਹੇ ਆਪਾਂ ਇਹਨੂੰ ਇਹਦੇ ਵਿੱਚ ਜੋ ਮਿਲਕ ਦੇ ਵਿੱਚ ਫੀਡ ਗਈ ਹੈਗੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਜੋ ਬਣਾਉਣ ਜਾ ਰਹੇ ਹਾਂਗੇ ਉਹ ਹੋ ਗਈ ਹੈਗੀ ਜਿਹੜੇ ਕਾਫ ਨੇ ਆਪਣੇ ਛੋਟੇ ਬੱਚੇ ਹੁੰਦੇ ਨੇਗੇ ਵੀ ਆਪਾਂ ਉਹਨਾਂ ਨੂੰ ਫੀਡ ਕਿਵੇਂ ਖਵਾਉਣਾ ਸ਼ੁਰੂ ਕਰੀਏ ਕਿਉਂਕਿ ਅਕਸਰ ਆਪਾਂ ਦੇਖਦੇ ਆਂਗੇ ਕਿ ਉਹ ਫੀਡ ਨਹੀਂ ਖਾਂਦੇ ਹੈਗੇ ਮਤਲਬ ਜਦੋਂ ਮਹੀਨੇ ਤੋਂ 35 ਦਿਨਾਂ ਦੇ ਹੋ ਜਾਂਦੇ ਨੇਗੇ ਹਨਾ ਉਸ ਤੋਂ ਬਾਅਦ ਹੀ ਫੀਡ ਸ਼ੁਰੂ ਕਰ ਦਿੰਨੇਗੇ ਤੇ ਵੀਡੀਓ ਤੁਸੀਂ ਜ਼ਰੂਰ ਧਿਆਨ ਨਾਲ ਦੇਖਿਓ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਫੀਡ ਨੂੰ ਆਪਾਂ ਕਿਸ ਤਰ੍ਹਾਂ ਜਲਦੀ ਲਾ ਸਕਦੇ ਆਂਗੇ ਤਾਂ ਜੋ ਉਹ ਬੱਚਾ ਫੀਡ ਆਪਣੇ ਆਪ ਖਾਣੇ ਸ਼ੁਰੂ ਕਰੇ ਤੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾ ਜੋ ਅੱਗੇ ਹੋਰ ਭਰਾਵਾਂ ਤੱਕ ਜਾਵੇ ਤੇ ਉਹਨਾਂ ਨੂੰ ਵੀ ਲਾਭ ਮਿਲ ਸਕੇ ਤੇ ਆਜੋ ਆਪਾਂ ਤੁਹਾਨੂੰ ਦੱਸ ਦਿਆਂ ਮੈਥਡ ਪਹਿਲਾਂ ਤੁਸੀਂ ਕੀ ਕਰਨਾ ਜੋ ਕਾਫ ਸਟਾਰਟਰ ਹੁੰਦਾ ਹੈਗਾ ਉਹਨੂੰ ਮਤਲਬ ਥੋੜਾ ਜਿਹਾ ਲਵੋ ਤੇ ਉਸ ਤੋਂ ਬਾਅਦ ਕੀ ਕਰੋ ਉਹਦੇ ਵਿੱਚ ਨਾ ਮਤਲਬ ਪਾਣੀ ਪਾਵੋ ਇੰਨਾ ਕੁ ਪਾਣੀ ਪਾ ਕੇ ਮਤਲਬ ਇਹਨੂੰ 10-15 ਮਿੰਟ ਰੱਖ ਦਿਓ ਇਹ ਨਾ ਬਿਲਕੁਲ ਮੈਸ਼ ਹੋ ਜਾਊਗੀ ਜਨਕਿਆਂ ਲਾ ਲੋ ਵੀ ਮੈਸ਼ ਹੋ ਕੇ ਨਾ ਜੋ ਇਹ ਹਾਰਡਨੈਸ ਆ ਗਈ ਸਾਰੀ ਐਵੇਂ ਖਤਮ ਹੋ ਜਾਣੀਗੀ 10 ਮਿੰਟਾਂ ਦੇ ਵਿੱਚ ਹਾਂਜੀ ਕਿਸਾਨ ਭਰਾਵੋ ਤੇ ਇਹ ਬਿਲਕੁਲ ਮੈਸ਼ ਹੋ ਚੁੱਕੀ ਹੈਗੀ ਤੇ ਹੁਣ ਤੁਸੀਂ ਜੋ ਦੁੱਧ ਵਾਲੀ ਬੋਤਲ ਹੁੰਦੀ ਹੈਗੀ ਤੇ ਉਹਦੇ ਵਿੱਚ ਤੁਸੀਂ ਦੁੱਧ ਪਾਵੋ ਜਿੰਨਾ ਆਪਾਂ ਦੁੱਧ ਪਾਉਣਾ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈਗਾ ਇਹ ਮਤਲਬ ਜੋ ਆਪਣੀ ਮੈਸ਼ ਕੀਤੀ ਹੋਈ ਹੈਗੀ ਨਾ ਇਹਨੂੰ ਵਿੱਚ ਪਾ ਦੇਣਾ ਹੈਗਾ ਥੋੜਾ ਇਹਦੇ ਵਿੱਚ ਦੁੱਧ ਪਾ ਲੋ ਥੋੜਾ ਜਿਹਾ ਜਿਹੜਾ ਹੈਗਾ ਨਾ ਆਖਿਓ ਵਾਹ ਚਲੋ ਠੀਕ ਹੈ ਤੇ ਦੁੱਧ ਦੇਖ ਲੈ ਕਿੰਨਾ ਪਿਲਾਉਣਾ ਹੈ ਉਹਨਾਂ ਪਾਲਾ ਤੇ ਇਹ ਕਿਸਾਨ ਭਰਾਵੋ ਮਤਲਬ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਲਈ ਪਾਣੀ 'ਚ ਇਹ ਮਤਲਬ ਦੁੱਧ ਦੇ ਵਿੱਚ ਸੋਨੇ ਮਿਕਸ ਨਹੀਂ ਕਰਨੀ ਹੈਗੀ ਇਹ ਪਾਣੀ ਦੇ ਵਿੱਚ ਹੀ ਮਤਲਬ ਇਹਨੂੰ ਪਹਿਲਾਂ ਭਿਉ ਕੇ ਰੱਖਣਾਗਾ ਕਿਉਂਕਿ ਦੁੱਧ ਦੇ ਵਿੱਚ ਨਹੀਂ ਇਹਨੇ ਮਤਲਬ ਮੈਸ਼ ਹੋਣਾ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਥੋੜਾ ਸ਼ੇਕ ਕਰੋ ਹਲਿਆਲਾ ਨੂੰ ਥੋੜਾ ਜਿਹਾ ਤੇ ਉਸ ਤੋਂ ਬਾਅਦ ਇਹਨੂੰ ਪਿਲਾਓ ਇਹਦਾ ਮੈਂ ਤੁਹਾਨੂੰ ਹੁਣ ਕਾਰਨ ਦੱਸ ਦਾਂਗਾ ਜਿਵੇਂ ਹੁਣ ਇਹ ਪਲੇਆ ਰਹੇ ਆਪਾਂ ਇਹਨੂੰ ਇਹਦੇ ਵਿੱਚ ਜੋ ਮਿਲਕ ਦੇ ਵਿੱਚ ਫੀਡ ਗਈ ਹੈਗੀ ਇਹ ਆਪਾਂ ਨੇ ਕੀ ਕਰਨਾਗਾ ਨਾ ਜਦੋਂ 12 13 ਦਿਨਾਂ ਦਾ ਇਹ ਬੱਚਾ ਹੋ ਜੇ ਉਸ ਤੋਂ ਬਾਅਦ ਇਹਨੂੰ ਸ਼ੁਰੂ ਕਰੋ ਹੁਣ ਇਹਨੂੰ 5-7 ਦਿਨ ਜਦੋਂ ਤੁਸੀਂ ਪਲੇ ਆਉਂਗੇ ਦੁੱਧ ਦੇ ਵਿੱਚ ਕੀ ਹੋਊਗਾ ਇਹ ਜਿਹੜਾ ਇਹਦਾ ਫੀਡ ਦਾ ਟੇਸਟ ਹੈਗਾ ਨਾ ਮੀਨਸ ਉਹ ਇਹਦੇ ਅੰਦਰ ਜਾਣ ਲੱਗ ਜੂਗਾ ਤੇ ਜਦੋਂ ਆਪਾਂ ਇਹਨੂੰ ਫੀਡ ਐਵੇਂ ਰੱਖਾਂਗੇ ਫਿਰ ਜਦੋਂ ਇਹਨੇ ਫੀਡ ਖਾਣਾਗਾ ਮਤਲਬ ਉਹ ਇਹਨੂੰ ਨਾ ਇੱਕ ਦੁੱਧ ਦੇ ਟੇਸਟ ਵਾਂਗੂ ਆਉਣਾਗਾ ਫਿਰ ਇਹ ਆਟੋਮੈਟਿਕ ਫੀਡ ਖਾਣ ਲੱਗ ਜੂਗੀ ਇਹ ਜੇ ਆਪਣਾ ਬੱਚਾ ਜਲਦੀ ਨਹੀਂ ਖਾਂਦਾ ਖਾਂਦਾ ਹੈਗਾ ਮਤਲਬ ਫੀਡ ਵਗੈਰਾ ਤੇ ਤੁਸੀਂ ਐਦਾਂ ਕਰਕੇ ਮਤਲਬ ਹਫਤਾਕ ਐਦਾਂ ਕਰੋ 7-8 ਦਿਨ ਫਿਰ ਜਦੋਂ ਇਹ ਐਵੇਂ ਮਤਲਬ ਇਹਨਾਂ ਦੇ ਅੱਗੇ ਨਾ ਪਾਣੀ ਤੇ ਐਵੇਂ ਫੀਡ ਜਰੂਰ ਹੋਣੀ ਚਾਹੀਦੀ ਹਰ ਟਾਈਮ ਇਹ ਮਤਲਬ ਤੁਸੀਂ ਇਸ ਤਰ੍ਹਾਂ ਇਹਨੂੰ ਪ੍ਰਬੰਧ ਕਰਕੇ ਰੱਖੋ ਨਾ ਕੋਈ ਐਂਗਲ ਦੇ ਉੱਤੇ ਇਸ ਤਰ੍ਹਾਂ ਬਣਾ ਲਓ ਕਿਉਂਕਿ ਨੀਚੇ ਦਾ ਫਿਰ ਇਹ ਮਤਲਬ ਡੋਲ ਦੰਦੇ ਨੇ ਖਰਾਬ ਕਰ ਦਿੰਦੇ ਨੇਗੇ ਜਿਵੇਂ ਇਸ ਤਰ੍ਹਾਂ ਦੇ ਕੋਈ ਐਂਗਲ ਲੱਗੇ ਹੋਣ ਆਪਣੇ ਜਾਂ ਕੋਈ ਛੋਟਲਵੇ ਕੋਈ ਹੋਰ ਕਿਸੇ ਤਰ੍ਹਾਂ ਦਾ ਪ੍ਰਬੰਧ ਹੋਵੇ ਤਾਂ ਐਵੇਂ ਇੱਕ ਕੁਆਲਿਟੀ ਚ ਪਾਣੀ ਹੋਵੇ ਤੇ ਇੱਕ ਚ ਹੋਵੇ ਇਦਾਂ ਫੀਡ ਤੇ ਹੁਣ ਜਦੋਂ ਇਹ ਮੀਨਸ ਜਦੋਂ ਇਹਨੇ ਫੀਡ ਖਾਣੀ ਹੈਗੀ ਤਾਂ ਇਹਨੂੰ ਇਹ ਲੱਗਣਾ ਕਿ ਪਤਨੀ ਦੁੱਧ ਪਿਆਗਾ ਮਤਲਬ ਥੋੜਾ ਥੋੜਾ ਦਾ ਟੇਸਟ ਬਣਾ ਲਿਆ ਕਿਉਂਕਿ ਆਪਾਂ ਨੇ ਦੁੱਧ ਦੇ ਵਿੱਚ ਇਹਨੂੰ ਮਿਕਸ ਕਰਕੇ ਦੇਤੀ ਤੇ ਇਹ ਮਤਲਬ ਬਹੁਤ ਵਧੀਆ ਮੈਥਡ ਆਗਾ ਤੁਸੀਂ ਯੂਜ਼ ਕਰਕੇ ਦੇਖਿਓ ਤੇ ਹੋਰ ਵੀ ਐਵੇਂ ਦੀਆਂ ਮਤਲਬ ਵੀਡੀਓ ਵਗੈਰਾ ਆਪਾਂ ਅੱਗੇ ਹੋਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਸੀਂ ਕਮੈਂਟ ਕਰਕੇ ਮਤਲਬ ਕੁਝ ਵੀ ਆਪਣਾ ਹਨਾ ਕੋਈ ਪ੍ਰੋਬਲਮ ਹੁੰਦੀ ਰਹੇ ਦੱਸਿਆ ਕਰੋ ਤੇ ਆਪਾਂ ਕੋਈ ਨਾ ਕੋਈ ਉਹ ਤੇ ਹੱਲ ਨਿਕਲਿਆ ਕਰੂਗਾ ਤੁਹਾਨੂੰ ਉਹਦੇ ਵੀਡੀਓ ਦੇ ਰਾਹੀਂ ਸਾਰਾ ਕੁਝ ਦੱਸਿਆ ਕਰਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋਗੇ ਇਹ ਮਤਲਬ ਫੀਡ ਇਹਨੇ ਦੇਖੋ ਥੋੜੇ ਥੋੜੇ ਲੱਗੀ ਸੀ ਸ਼ੁਰੂ ਕਰਨੇ ਇਹ ਜਿਵੇਂ ਟੇਸਟ ਆਉਂਦਾਗਾ ਤੇ ਐਵੇਂ ਹੀ ਇਹਨੇ ਮਸਲ ਹੌਲੀ ਹੌਲੀ ਲੱਗ ਜਾਣਾਗਾ ਫੀਡ ਦੇ ਉੱਤੇ ਔਰ ਜਦੋਂ ਬੱਚਾ ਥੋੜੀ ਫੀਡ ਚੱਕਣ ਲੱਗ ਜਾਣਾ ਟਾਈਮ ਨਾਲ ਤੇ ਫਿਰ ਕੀ ਹੁੰਦਾਗਾ ਉਹਦੀ ਗਰੋਥ ਵੀ ਅਕਸਰ ਮਤਲਬ ਵਧੀਆ ਹੁੰਦੀ ਹੈ ਕਿ ਫਿਰ ਉਹ ਕੁਆਂਟਲ ਸਵਾ ਕੁਆਂਟਲ ਤੱਕ ਤੇ 9 ਮਹੀਨਿਆਂ ਦੇ ਵਿੱਚ ਆਪਣਾ ਤਕਰੀਬਨ ਲੈ ਜਾਂਦਾਗਾ ਸਵਾ ਕੁਆਂਟਲ ਇੱਕ ਇੱਕ 25 ਮਤਲਬ ਮੰਨ ਲਓ ਕੋਈ ਚਲੋ ਤੇ ਹੁਣ ਦੇਖੋ ਤੁਸੀਂ ਇਹ ਨਾ ਆਪਣੇ ਆਪ ਆ ਦੇਖੋ ਖਾਣ ਲੱਗੀ ਮਤਲਬ ਇਹ ਬਹੁਤ ਵਧੀਆ ਮੈਥਡ ਹੈਗਾ ਤੁਸੀਂ ਇਹ ਜ਼ਰੂਰ ਯੂਜ਼ ਕਰਿਓ ਐਵੇਂ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜ਼ਰੂਰ ਦੱਸਿਓ ਤੇ ਅੱਗੇ ਵੀ ਸ਼ੇਅਰ ਕਰਿਆ ਕਰੋ ਹਣਾ ਹਰੇਕ ਭਰਾਵਾਂ ਤੱਕ ਜਾਵੇ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਆਪਾਂ ਇੱਕ ਦੂਸਰੇ ਨਾਲ ਜੁੜੇ ਰਹੀਏ ਤੇ ਬਾਕੀ ਹੋਰ ਵੀ ਮਤਲਬ ਆਪਾਂ ਮਿਲਾਂਗੇ ਕਿਸੇ ਨਵੇਂ ਟੌਪਿਕ ਤੇ ਕਿਸੇ ਨਵੀਂ ਵੀਡੀਓ ਤੇ ਉਦੋਂ ਤੱਕ ਲਈ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ